ਭਾਈ ਫੇਰੂ ਮਲ ਘਰ ਸੀ ਚੰਨ ਚੜਿਆ, ਭਾਈ ਫੇਰੂ ਮਲ ਘਰ ਸੀ ਚੰਨ ਚੜਿਆ, ਤੇ ਬਾਲ ਲੈਣੇ ਦਾ ਹੋਇਆ ਪ੍ਰਕਾਸ਼ ਹੋਇਆ, ਦਇਆ ਕੌਰ ਸੀ ਦਇਆ ਦੀ ਨਿਰੀ ਮੂਰਤ, ਦਇਆ ਕੌਰ ਸੀ ਦਇਆ ਦੀ ਨਿਰੀ ਮੂਰਤ, ਤੇ ਉਹਦੀ ਕੁੱਖ ਚੋਂ ਬਾਲ ਇਹ ਖਾਸ ਹੋਇਆ, ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਰਹਿ ਕੇ ਹਰ ਪ੍ਰੀਖਿਆ ਚੋਂ ਲੈਣਾ ਪਾਸ ਹੋਇਆ, ਤੇ ਭਾਈ ਲੈਣੇ ਤੋਂ ਬਣੇ ਜਦ ਗੁਰੂ ਅੰਗਦ, ਖਡੂਰ ਸਾਹਿਬ ਹਰ ਕਾਰਜ ਸੀ ਰਾਸ ਹੋਇਆ। ਜੇ ਮੈਂ ਮਾਤਾ ਖੀਵੀ ਜੀ ਦੀ ਗੱਲ ਨਾ ਨਾ ਕਰਾਂ ਤੇ ਕਵੀ ਦਰਬਾਰ ਅਧੂਰਾ ਰਹਿ ਜਾਏਗਾ। ਆ ਲੰਗਰਾਂ ਚ ਖੀਰਾਂ ਜਿਹੜੀਆਂ ਮਾਤਾ ਖੀਵੀ ਜੀ ਦੀਆਂ ਸਾਰੀਆਂ ਇਹ ਦਾਤਾਂ ਨੇ ਸਾਡੇ ਕੋਲ, ਕਿ ਮਾਤਾ ਖੀਵੀ ਨੇ ਸੇਵਾ ਸੀ ਜਿਵੇਂ ਕੀਤੀ, ਉਦਾਂ ਕੋਈ ਨਹੀਂ ਸੇਵ ਕਮਾ ਸਕਦਾ। ਮਾਤਾ ਖੀਵੀ ਨੇ ਸੇਵਾ ਸੀ ਜਿਵੇਂ ਕੀਤੀ, ਉਹਦਾ ਕੋਈ ਨਹੀਂ ਸੇਵ ਕਮਾ ਸਕਦਾ। ਦੀਨਾਂ ਦੁਖੀਆਂ ਨੂੰ ਜਿੰਨਾ ਸੀ ਮਾਣ ਦਿੱਤਾ, ਜਾਚਕ ਕਲਮ ਨਾਲ ਲਿਖਿਆ ਨਹੀਂ ਜਾ ਸਕਦਾ। ਪਾਵਨ ਲੰਗਰ ਦੀ ਸੇਵਾ ਸੀ ਜਿਵੇਂ ਕੀਤੀ, ਉਹਦਾ ਕੋਈ ਵੀ ਮੁੱਲ ਨਹੀਂ ਪਾ ਸਕਦਾ। ਉਹ ਮਾਤਾ ਖੀਵੀ ਦੇ ਯੋਗਦਾਨ ਤਾਈ ਨਹੀਂ ਕਦੇ ਇਤਿਹਾਸ ਭੁਲਾ ਸਕਦਾ। ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰਤਾ ਗੱਦੀ ਅੱਜ ਦਿਵਸ ਮਨਾ ਰਹੇ ਹੋ, ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰਤਾ ਗੱਦੀ ਅੱਜ ਦਿਵਸ ਮਨਾ ਰਹੇ ਹੋ। ਇਸ ਪਾਵਨ ਅਸਥਾਨ ਤੇ ਸਜ ਕੇ ਤੇ ਗੁਰੂ ਸਾਹਿਬਾਂ ਦੇ ਜਸ ਨੂੰ ਗਾ ਰਹੇ ਹੋ, ਗੱਲਾਂ ਗੁਰਾਂ ਦੀਆਂ ਸੁਣ ਪ੍ਰਚਾਰਕਾਂ ਤੋਂ ਆਪਣੇ ਮਨ ਦੇ ਵਿੱਚ ਵਸਾ ਰਹੇ ਹੋ। ਉਹ ਜਦੋਂ ਸ਼ੇਰ ਕਲੇਜੇ ਨੂੰ ਧੂਹ ਪਾਉਂਦੇ ਉਦੋਂ ਗਜਵੇਂ ਜਕਾਰੇ ਗੁਜਾਰੇ ਹੋ। ਤੋ ਇੱਕ ਗੱਲ ਹੋਰ, ਕਿ ਗੁਰੂ ਨਾਨਕ ਦੇਵ ਦੀ ਹੋਈ ਬਖਸ਼ਿਸ਼ ਤੇ ਭਵ ਸਾਗਰ ਤੋਂ ਤਰ ਗਿਆ ਭਾਈ ਲਹਿਣਾ, ਹਰ ਹੁਕਮ ਨੂੰ ਮੰਨ ਕੇ ਖਿੜੇ ਮੱਥੇ ਨਾਲ ਰਹਿਮਤਾਂ ਭਰ ਗਏ ਭਾਈ ਲਹਿਣਾ, ਇਸੇ ਦਰ ਦੇ ਹੋ ਕੇ ਰਹਿ ਗਏ ਹੋ, ਨਾ ਫਿਰ ਹੋਰ ਕਿਸੇ ਦਰ ਗਏ ਭਾਈ ਲਹਿਣਾ। ਓਦਾਂ ਸੇਵਾ ਨਹੀਂ ਕੋਈ ਵੀ ਕਰ ਸਕਿਆ ਜਿੱਦਾਂ ਸੇਵਾ ਸੀ ਕਰ ਗਏ ਭਾਈ ਲੈਣਾ। ਸਾਧ ਸੰਗਤ ਜੀਓ, ਗੁਰੂ ਚਰਨਾਂ ਚ ਸੇਵਾ ਸੀ ਰਹਿ ਕਰਦੇ, ਤੇ ਮਿਲੀ ਧੁਰੋਂ ਸੀ ਸੇਵਾ ਦੀ ਦਾਤ ਹੈ ਸੀ। ਗੁਰੂ ਚਰਨਾਂ ਚ ਸੇਵਾ ਸੀ ਰਹਿ ਕਰਦੇ, ਮਿਲੀ ਧੁਰੋਂ ਹੀ ਸੇਵਾ ਦੀ ਦਾਤ ਹੈ ਸੀ।
ਬਿਰਤੀ ਸੇਵਾ ਚ ਸਦਾ ਹੀ ਰਹੀ ਲੱਗੀ। ਉਹ ਵੇਖੀ ਧੁੱਪ ਤੇ ਨਾ ਬਰਸਾਤ ਹੈ ਸੀ, 24 ਘੰਟੇ ਵੀ ਸੇਵਾ ਲਈ ਸਨ ਥੋੜੇ, 24 ਘੰਟੇ ਵੀ ਸੇਵਾ ਲਈ ਸਨ ਥੋੜੇ। ਇੱਕੋ ਜਹੀ ਹੀ ਦਿਨ ਤੇ ਰਾਤ ਹੈ ਸੀ ਤੇ ਗੁਰੂ ਨਾਨਕ ਨੇ ਸੇਵਾ ਤੋਂ ਖੁਸ਼ ਹੋ ਕੇ ਗੁਰਗੱਦੀ ਦੀ ਬਖਸ਼ੀ ਸੁਗਾਤ ਹੈ ਸੀ। ਗੁਰੂ ਨਾਨਕ ਨੇ ਸੇਵਾ ਤੋਂ ਖੁਸ਼ ਹੋ ਕੇ ਗੁਰਗੱਦੀ ਦੀ ਬਖਸ਼ੀ ਸੁਗਾਤ ਹੈ ਸੀ ਤੇ ਪਾਵਨ ਬਖਸ਼ਿਸ਼ਾਂ ਲੈ ਕੇ ਪਾਤਸ਼ਾਹ ਤੋਂ ਕਰਤਾਰਪੁਰੋਂ ਖਡੂਰ ਸਨ ਆਏ ਸਤਿਗੁਰ। ਪਾਵਨ ਬਖਸ਼ਿਸ਼ਾਂ ਲੈ ਕੇ ਪਾਤਸ਼ਾਹ ਤੋਂ ਕਰਤਾਰਪੁਰੋਂ ਖਡੂਰ ਸਨ ਆਏ ਸਤਿਗੁਰ। ਸਜ ਕੇ ਇਸ ਅਸਥਾਨ ਤੇ ਗੁਰਗੱਦੀ ਇਸ ਧਰਤੀ ਨੂੰ ਭਾਗ ਸਨ ਲਾਏ ਸਤਿਗੁਰ। ਗੁਰੂ ਨਾਨਕ ਤੋਂ ਗੁਰੂ ਗਿਆਨ ਲੈ ਕੇ ਇੱਥੇ ਗਿਆਨ ਦੇ ਦੀਵੇ ਜਗਾਏ ਸਤਿਗੁਰ। ਬੁਝੇ ਮਨਾਂ ਵਿੱਚ ਗੁਰਮਤ ਗਿਆਨ ਭਰ ਕੇ ਹਨੇਰੇ ਮਨ ਸੀ ਇੱਥੇ ਰੁਸ਼ਦਾਏ ਸਤਿਗੁਰ। ਬੁਝੇ ਮਨਾਂ ਵਿੱਚ ਗੁਰਮਤ ਗਿਆਨ ਪਾ ਕੇ ਹਨੇਰੇ ਮਨ ਸੀ ਇੱਥੇ ਰੁਸ਼ਨਾਏ ਸਤਿਗੁਰ ਕਿ ਗੁਰੂ ਨਾਨਕ ਨੇ ਬਖਸ਼ੀ ਸੀ ਜੋਤ ਜਿਹੜੀ ਲੱਟ ਲੱਟ ਜੋਤ ਖਡੂਰ ਵਿੱਚ ਜਾਗ ਰਹੀ ਏ। ਗੁਰੂ ਨਾਨਕ ਨੇ ਬਖਸ਼ੀ ਸੀ ਜੋਤ ਜਿਹੜੀ ਲੱਟ ਲੱਟ ਵਿੱਚ ਖਡੂਰ ਦੇ ਜਾਗ ਰਹੀ ਏ। ਸੇਵਾ ਸਿਮਰਨੀਆਂ ਬਰਕਤਾਂ ਨਾਲ ਇੱਥੇ ਹਰ ਇੱਕ ਰੂਹ ਦਗ 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 ਰਹੀ ਏ। ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚ ਦਿਕੇ ਤੇ ਹਰ ਰੌਣਕ ਚਾਰ ਚੁਫੇਰੇ ਹੀ ਲੱਗ ਰਹੀ ਏ। ਧੁਰਕੀ ਬਾਣੀ ਦਾ ਹੈ ਪ੍ਰਵਾਹ ਚੱਲਦਾ ਤੇ ਨਾਮ ਬਾਣੀ ਦੀ ਵਾਹ ਕੋਈ ਵਗ ਰਹੀ ਏ। ਜਿਵੇਂ ਜਿਵੇਂ ਗੁਰੂ ਨਾਨਕ ਜੀ ਸਨ ਚਾਹੁੰਦੇ ਉਵੇਂ ਉਵੇਂ ਉਹ ਆਪੇ ਨੂੰ ਢਾਲਦੇ ਰਹੇ। ਜਦੋਂ ਜਦੋਂ ਵੀ ਜੋ ਜੋ ਹੁਕਮ ਕੀਤੇ ਖਿੜੇ ਮੱਥੇ ਉਹ ਹੁਕਮਾਂ ਨੂੰ ਪਾਲਦੇ ਰਹੇ। ਸ਼ਰਧਾ ਭਾਵਨਾ ਸੇਵਾ ਤੇ ਸਿਦਕ ਰਾਹੀਂ ਲੰਮੇ ਸਮੇਂ ਤੱਕ ਘਾਲਣਾ ਘਾਲਦੇ ਰਹੇ। ਅਖਲੂਰ ਸਾਹਿਬ ਚ ਗੁਰਮੁਖੀ ਅੱਖਰਾਂ ਨੂੰ ਨਾਲੇ ਲਿਖਦੇ ਤੇ ਨਾਲੇ ਸੰਭਾਲਦੇ ਰਹੇ। ਸਿਦਕ ਵੱਲੋਂ ਨਾ ਕਦੇ ਵੀ ਪੈਰ ਥੜਕੇ, ਸਿਦਕ ਵੱਲੋਂ ਨਾ ਕਦੇ ਵੀ ਪੈਰ ਥੜਕੇ। ਆ ਸਾਡੇ ਲਈ ਸੀ ਪੂਰਨੇ ਪਾ ਦਿੱਤੇ, ਸਭ ਨੂੰ ਇੱਕ ਓਂਕਾਰ ਦੇ ਲੜ ਲਾ ਕੇ ਖੰਡ ਖੀਰ ਦੇ ਵਾਂਗ ਮਿਲਾ ਦਿੱਤੇ। ਦਿਲ ਵਿੱਚ ਰੱਖ ਕੇ ਨਿਮਰਤਾ ਦਇਆ ਧੀਰਜ, ਆ ਪੱਥਰ ਦਿਲ ਵੀ ਮੋਮ ਬਣਾ ਦਿੱਤੇ ਤੇ ਗੁਰਮੁਖੀ ਦਾ ਕਰਕੇ ਬੋਲ ਬਾਲਾ ਹਰ ਥਾਂ ਇਸ ਦੇ ਝੰਡੇ ਚੁਲਾ ਦਿੱਤੇ। ਚਾਰੇ ਪਾਸੇ ਹਰਿਆਲੀ ਤੋਂ ਪਤਾ ਲੱਗਦਾ
ਹੈ ਰਮਨੀਕ ਅਸਥਾਨ ਖਡੂਰ ਸਾਹਿਬ, ਚਾਰੇ ਪਾਸੇ ਹਰਿਆਲੀ ਤੋਂ ਪਤਾ ਲੱਗਦਾ ਹੈ ਰਮਣੀਕ ਅਸਥਾਨ ਖਡੂਰ ਸਾਹਿਬ। ਚਾਰ ਚੰਨ ਇਸ ਧਰਤੀ ਨੂੰ ਲਾਉਣ ਆਏ, ਅੱਠ ਗੁਰੂ ਸਹਿਬਾਨ ਖਡੂਰ ਸਾਹਿਬ, ਗੁਰੂ ਅੰਗਦ ਦੇਵ ਮਹਾਰਾਜ ਜੀ ਹੋਏ ਆ ਕੇ ਗੱਦੀ ਉੱਤੇ ਬਿਰਾਜਮਾਨ ਖਡੂਰ ਸਾਹਿਬ, ਬਹਿ ਕੇ ਗੁਰ ਗੱਦੀ ਦੂਜੇ ਪਾਤਸ਼ਾਹ ਨੇ ਵੰਡਿਆ ਗੁਰਮਤ ਗਿਆਨ ਖਡੂਰ ਸਾਹਿਬ। ਗੁਰੂ ਸਾਹਿਬ ਗੁਰਗੱਦੀ ਤੇ ਬੈਠ ਕੇ ਤੇ ਦੇਵੀ ਚਾਨਣ ਤੇ ਬਖਸ਼ੀ ਅਗਵਾਈ ਸੋਹਣੀ ਨਾਨਕ ਜੋਤ ਨੂਰਾਨੀ, ਹੁਣ ਬਦਲ ਚੋਲਾ ਗੁਰੂ ਅੰਗਦ ਦੇ ਰੂਪ ਵਿੱਚ ਆਈ ਸੋਹਣੀ, ਗੁਰੂ ਸਾਹਿਬਾਂ ਨੇ ਆ ਖਡੂਰ ਸਾਹਿਬ ਆ ਜ਼ਿੰਮੇਵਾਰੀ ਸੀ ਤੋੜ ਨਿਭਾਈ ਸੋਹਣੀ, ਗੁਰੂ ਘਰ ਨਾਲ ਜੋੜ ਕੇ ਸੰਗਤਾਂ ਨੂੰ ਪਾਵਨ ਗੁਰਮਤ ਦੀ ਲਹਿਰ ਚਲਾਈ ਸੋਹਣੀ। ਤੋ ਮੱਲ ਅਖਾੜੇ ਸਜਾ ਕੇ ਪਾਤਸ਼ਾਹ ਨੇ, ਮੱਲ ਅਖਾੜੇ ਸਜਾ ਕੇ ਪਾਤਸ਼ਾਹ ਨੇ ਕਸਰਤ ਕਰਨ ਦੀ ਦਿੱਤੀ ਸਿਖਲਾਈ ਸੋਹਣੀ, ਲਿਪੀ ਗੁਰਮੁਖੀ ਵੱਲ ਧਿਆਨ ਦੇ ਕੇ ਬਾਲਾ ਤਾਈ ਪੰਜਾਬੀ ਪੜ੍ਹਾਈ ਸੋਹਣੀ, ਬਾਬੇ ਨਾਨਕ ਦੇ ਜੀਵਨ ਬਿਰਤਾਂਤ ਵਾਲੀ ਜਨਮ ਸਾਖੀ ਸੀ ਆਪ ਲਿਖਵਾਈ ਸੋਹਣੀ, ਤੇ ਜ਼ਿੰਮੇਵਾਰੀ ਗੁਰਿਆਈ ਦੀ ਗੁਰੂ ਜੀ ਨੇ ਕਈ ਸਾਲਾਂ ਤੱਕ ਜਾਚਕ ਨਿਭਾਈ ਸੋਹਣੀ, ਕਿ ਆਪਣੀ ਮੰਜ਼ਲ ਤੇ ਪਹੁੰਚਣਾ ਚਾਹੋ ਜੇਕਰ ਥਾਂ ਥਾਂ ਤੇ ਅਟਕਣਾ ਛੱਡ ਦੇਵੋ, ਆਪਣੀ ਮੰਜ਼ਲ ਤੇ ਪਹੁੰਚਣਾ ਚਾਹੋ ਜੇਕਰ ਥਾਂ ਥਾਂ ਤੇ ਅਟਕਣਾ ਛੱਡ ਦੇਵੋ, ਡਾ ਕੇ ਮੰਜੀਆਂ ਅੱਜ ਵੀ ਕਈ ਬੈਠੇ ਜਾ ਕੇ ਨੇੜੇ ਵੀ ਫਟਕਣਾ ਛੱਡ ਦੇਵੋ, ਪੁੱਠੇ ਹੋ ਕੇ ਲਟਕਣਾ ਛੱਡ ਦੇਵੋ, ਲਓ ਓਟ ਬਸ ਗੁਰੂ ਗ੍ਰੰਥ ਜੀ ਦੀ, ਦਰ ਦਰ ਤੇ ਭਟਕਣਾ ਛੱਡ ਦੇਵੋ।